ਇਹ ਤੁਹਾਨੂੰ ਕੀ ਵੱਜਿਆ ਜੀ? ਉਹ ਜਿਹੜੇ ਗੋਲੇ ਸੁੱਟਦੇ ਆ ਉਹ ਵੱਜਾ ਜੀ ਆਣ ਕੇ। ਅੱਛਾ, ਹਾਂਜੀ। ਤੇ ਕੀ ਨੁਕਸਾਨ ਹੋਇਆ ਤੁਹਾਡਾ? ਆਣ ਕੇ ਦੇ ਹਾਂਜੀ ਪੈਰ ਤੇ ਵੱਜਾ ਹੈ ਆਣ ਕੇ ਗਿੱਟੇ ਦੇ। ਅੱਛਾ, ਪਿੱਛੇ ਨਹੀਂ ਉੱਥੋਂ ਅੱਗੇ ਵਧੋਗੇ ਕਿ ਪਿੱਛੇ ਹਟੋਗੇ ਨਹੀਂ ਜਾਵਾਂਗੇ ਗਾਂ ਜੀ ਅੱਛਾ ਅੱਗੇ ਵਧਣਾ ਪਿੱਛੇ ਨਹੀਂ ਉੱਥੋਂ ਅੱਗੇ ਉੱਥੇ ਹੀ ਹਾਂ ਤੇ ਮੜਦਾ ਟ੍ਰੇਲ ਦਿਖਾਇਆ ਇਹਨਾਂ ਨੇ ਗੱਲ ਹੀ ਕੋਈ ਨਹੀਂ ਇਹ ਤੇ ਹੋਇਆ ਹੋਇਆ ਦੋ ਟਰੈਕਟਰ ਨੇ
ਅੱਛਾ ਦੇਖ ਲਓ ਅੱਛੇ ਦਿਨ ਉਹੀ ਸਰਕਾਰ ਦੇਖ ਲਓ ਸਾਨੂੰ ਅੱਛੇ ਦਿਨ ਪਲਾਸਟਿਕ ਦੀਆਂ ਗੋਲੀਆਂ ਨਾਲ ਮਾਰ ਰਹੀ ਹੈ ਸਾਡੇ ਰਸਤੇ ਦੇ ਸੂਹੇ ਕੱਢ ਰਹੇ ਨੇ ਮੋਦੀ ਦੇ ਖੱਟਰ ਜਿਹੜਾ ਬਹੁਤ ਵਤੀਰਾ ਮਾੜਾ ਕਿਸਾਨਾਂ ਵਾਲਾ ਕਰ ਰਹੇ ਨੇ ਬਹੁਤ ਜ਼ਿਆਦਾ ਵਤੀਰਾ ਮਾੜਾ ਕਰ ਰਹੇ ਨੇ ਮੈਂ ਗੁਰਦੀਪ ਸਿੰਘ ਕਿਸਾਨ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਅੰਮ੍ਰਿਤਸਰ ਵੇਖੋ ਅਸੀਂ ਸ਼ੰਭੂ ਬਾਰਡਰ 'ਤੇ ਆਏ ਹਾਂ ਆਹ ਵੇਖੋ ਸਰਦਾਰ ਸਾਨੂੰ ਸਰਕਾਰ ਸਾਨੂੰ ਕੀ ਗਿਫਟ ਦੇ ਰਹੀ ਆ ਪਲਾਸਟਿਕ ਦੀਆਂ ਗੋਲੀਆਂ ਮਾਰੀਆਂ ਜਾ ਰਹੀਆਂ ਨੇ ਔਰ ਨਾਲ ਦੀ ਨਾਲ ਅਸਲੀ ਗੋਲੀਆਂ ਵੀ ਚਲਾਈਆਂ ਜਾ ਰਹੀਆਂ ਨੇ ਅਸੀਂ ਸਰਕਾਰ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਸਰਕਾਰ ਦੇ ਬੰਦੇ ਮਾਰ ਰਹੇ ਆ ਕਿ ਜਾਂ ਆਰ ਐਸ ਐਸ ਦੇ ਬੰਦੇ ਮਾਰ ਰਹੇ ਆ ਇਹਨਾਂ ਪਹਿਲਾਂ ਵੀ ਸਾਡੇ 'ਤੇ ਇੱਦਾਂ ਹੀ ਅਤਿਆਚਾਰ ਕੀਤਾ ਸੀ ਅੱਜ ਵੀ ਇਹ ਸਰਕਾਰ ਕਰ ਰਹੀ ਆ ਪਰ ਅਸੀਂ ਆਪਣੇ ਸੰਵਿਧਾਨ ਦੇ ਵਿੱਚ ਡੈਮੋਕ੍ਰੇਸੀ ਦੇ ਰਹਿ ਵਿੱਚ ਰਹਿ ਕੇ ਡੰਡੇ ਨਾਲ ਅਤੇ ਝੰਡੇ ਨਾਲ ਆਪਣੇ ਸੜਕ 'ਤੇ ਆਣ ਕੇ ਬੈਠੇ ਹਾਂ ਅਸੀਂ ਓਨੀ ਦੇਰ ਤੱਕ ਨਹੀਂ ਜਾਵਾਂਗੇ ਤੁਹਾਡੇ ਹੱਥਾਂ 'ਚ ਕੀ ਹੈ ਜੀ ਇੱਕ ਡੰਡਾ ਅਤੇ ਇੱਕ ਝੰਡਾ ਜੀ ਨਹੀਂ ਜੀ ਆਹ ਕੀ ਆ ਇਹ ਪਲਾਸਟਿਕ ਦੀ ਗੋਲੀ ਆ ਜਿਹੜੀ ਸਰਕਾਰ ਨੇ ਮਾਰੀ ਹੈ ਸਰਕਾਰ ਦੱਸੇ ਵੀ ਇਹ ਕੀ ਆ ਅੱਛਾ ਆਹ ਕੀ ਆ ਜੀ ਤੁਹਾਡੇ ਕੋਲ ਗੈਸ ਦੇ ਗੋਲੇ ਆ ਜੀ ਮਾਰੇ ਆ ਅਸੀਂ ਡਿਫਿਊਜ਼ ਕਰ ਰਹੇ ਹਾਂ ਪਾਣੀ ਦੇ ਵਿੱਚ ਡੋਬ ਕੇ ਬੋਰੀਆਂ ਪਾ ਕੇ ਅਸੀਂ ਜਦੋਂ ਆਜ਼ਾਦ ਕਰਾਂਗੇ ਪਰ ਪਿੱਛੇ ਨਹੀਂ ਹਟਾਂਗੇ ਅਸੀਂ ਪੂਰੇ ਦਿਨ ਲੜਾਂਗੇ ਅਸੀਂ ਜਿਹੜਾ ਦੇਖੋ ਸੁੰਬੇ ਵੀ ਮਾਰੇ ਜਾ ਰਹੇ ਉਧਰੋਂ ਆ ਕੀ ਆ ਜੀ ਨਾਲ ਕਿੱਲਾ ਕਿੱਲਾ ਲਾ ਰਿਹਾ ਇਹਨੂੰ ਕਹਿ ਦੇ ਜੋ ਮਰਜ਼ੀ ਲਾ ਦੇ ਤੂੰ ਨਹੀਂ ਆਹ ਤੁਹਾਡੇ ਹੱਥ 'ਚ ਕੀ ਹੈ ਇਹ ਸਾਡੇ ਹੱਥ 'ਚ ਵਰਛੇ ਇਹਨਾਂ ਨੇ ਰੱਖੇ ਨੇ ਟਰੈਕਟਰਾਂ ਦੇ ਟਾਇਰ ਪਾੜਨ ਨੂੰ ਅੱਛਾ ਇਹ ਸੜਕ 'ਚ ਗੱਡਿਆ ਸੀਗਾ ਸੜਕਾਂ ਦੇ ਵਿੱਚ ਗੱਡੇ ਹੋਏ ਨੇ ਪੂਰੀ ਸੜਕ 'ਚ ਇਹਨਾਂ ਨੇ ਲਾਏ ਹੋਏ ਨੇ ਅੱਛਾ ਤੁਸੀਂ ਪੱਟ ਤੇ ਇਹ ਜਿਹੜੇ ਉਹਨਾਂ ਨੇ ਵਰਛੇ ਸੜਕਾਂ 'ਚ ਗੱਡੇ ਨੇ ਮਤਲਬ ਇਹ ਤੁਸੀਂ ਹੱਥਾਂ ਨਾਲ ਹੀ ਪੱਟ ਦਿੱਤੇ ਨੇ ਹੱਥਾਂ ਨਾਲ ਪੱਟੇ ਨੇ ਹੱਥਾਂ ਨਾਲ ਮੈਂ ਬੈਠਾ ਮੈਂ ਪੱਟੇ ਹੱਥ ਨਾਲ ਅੱਛਾ ਹੱਥ ਨਾਲ ਪੱਟੇ ਹੋਏ ਨੇ ਅੱਛਾ ਕੋਈ ਕਣ ਨਹੀਂ ਕੋਈ ਲੋਹਾ ਨਹੀਂ ਕੋਈ ਕੁਛ ਨਹੀਂ ਠੀਕ ਹੈ ਜੀ ਇਹ ਕੰਮ ਕਰ ਰਹੇ ਨੇ ਸਾਡੇ ਨਾਲ ਇਹ ਪੱਟੇ ਸੱਚੇ ਬੰਦੇ ਆ ਹੱਕਾਂ ਵਾਸਤੇ ਲੜ ਰਹੇ ਆ ਇਹ ਗੱਡਣ ਵਾਲੇ ਝੂਠੇ ਬੰਦੇ ਆ ਇਹਨਾਂ ਨੇ ਲੋਕਾਂ ਤੋਂ ਝੂਠ ਬੋਲ ਬੋਲ ਕੇ ਵੋਟਾਂ ਲੈ ਕੇ ਉਹਨਾਂ ਲੋਕਾਂ ਨੂੰ ਹੁਣ ਪਰੇਸ਼ਾਨ ਕਰ ਰਹੇ ਨੇ ਜਿਹੜੇ ਕਹਿੰਦੇ ਸੀਗੇ ਅੱਛੇ ਦਿਨਾਣੇ ਵਾਲੇ ਆ 15-15 ਲੱਖ ਰੁਪਏ ਤੁਹਾਡੇ ਕੌਣ ਚਾਹੂਗਾ ਆ ਦੇ ਅਕਾਲੀ ਦਲ ਦੁਬਾਰਾ ਫਿਰ ਬੀਜੇਪੀ ਨਾਲ ਗੱਠਜੋੜ ਕਰ ਰਿਹਾ ਇੱਦਾਂ ਦੀ ਖਬਰ ਆ ਰਹੀ ਆ ਹਾਂਜੀ ਬਿਲਕੁਲ ਇਹ ਅਕਾਲੀਆਂ ਨੇ ਬੇੜਾ ਗਰਕ ਕਰਿਆ ਜੀ ਸਾ ਪਹਿਲੀ ਗੱਲ ਤਾਂ ਸਾਡੇ ਪੰਜਾਬ ਦਾ ਇਹ ਆਡੀ ਕਦੋਂ ਇਹ ਰਹੀ ਵਿੱਚ ਉਹਨਾਂ ਨਾਲ ਇਹ ਪੰਥ ਕੇ ਪੰਥ ਕਰਕੇ ਲੋਕਾਂ ਨੂੰ ਇਹਨਾਂ ਨੇ ਹਨੇਰਗਰਦੀ ਕਰਕੇ ਲੋਕਾਂ ਨੂੰ ਭੁਲੇਖੇ ਚ ਲੈ ਕੇ ਲੋਕ ਵੀ ਇਹੀ ਸਮਝਗੇ ਵੀ ਹਾਂ ਇਹ ਪੰਥ ਦੇ ਰਖਵਾਲੇ ਨੇ ਗੁਰੂ ਨਾਨਕ ਦੀ ਤੱਕੜੀ ਹੈ ਅੱਜ ਤੱਕ ਸਾਨੂੰ ਬਸ ਉਹੀ ਕੁਝ ਦਿਖਾਈ ਗਏ ਵੀ ਤੱਕੜੀ ਨੂੰ ਵੋਟ ਪਾਓ ਸਾਨੂੰ ਹੁਣੇ ਪਤਾ ਹੀ ਹੁਣ ਇਹਨਾਂ ਗੱਲਾਂ ਦੇ ਲੱਗਿਆ
ਸਾਡੇ ਬਜ਼ੁਰਗ ਕਹੀ ਗਏ ਤੱਕੜੀ ਨੂੰ ਵੋਟ ਪਾਉਣੀ ਹੈ, ਪੰਥ ਨੂੰ, ਪੰਥ ਨੂੰ ਵੋਟ ਪਾਉਣੀ ਹੈ। ਸਾਨੂੰ ਹੁਣ ਆ ਕੇ ਪਤਾ ਲੱਗਿਆ ਵੀ ਸਾਰੇ ਪੰਥ ਇਹਨਾਂ ਤੱਕੜਿਆਂ ਦਾ ਸਾਡਾ ਬੇੜਾ ਹੀ ਕਰ, ਸਾਡੀਆਂ ਜੜਾਂ 'ਚ ਬਹਿ ਗਏ ਨੇ। ਇੰਨਾ ਕਾਂਡ ਇਹਨਾਂ ਨੇ ਕੀਤਾ ਸਾਡੇ ਪੰਜਾਬੀਆਂ ਦਾ, ਸਾਡੀ ਸਿੱਖੀ ਦਾ, ਇਹ ਬਾਦਲ ਕਿਆ ਨੇ ਕਰਿਆ ਜੀ? ਕੀ ਕਹਿ ਰਹੇ ਤੁਸੀਂ? ਰੁਪਈਏ ਦੇ ਰੂਪ ਵਿੱਚ ਸਿੱਖ ਹੋ ਕੇ ਸਾਹਮਣੇ ਆਏ। ਕੌਣ? ਬੀਜੇਪੀ ਦਾ, ਅਕਾਲੀ ਪਾਰਟੀ। ਅੱਛਾ, ਜਿਹਨਾਂ ਕੇ ਬਾਦਲ ਗੁੱਟ ਜੋ ਆ ਇਹਨਾਂ ਦੇ ਸਾਰੇ ਮੀਡੀਆ ਦੇ ਸਾਹਮਣੇ ਸਾਰੇ ਨੰਗੇ ਹੋ ਰਹੇ ਹੈ, ਸਾਰਾ ਮੀਡੀਆ ਇਹਨਾਂ ਨੂੰ ਨੰਗਿਆਂ ਕਰ ਰਿਹਾ। ਬਿਲਕੁਲ, ਹੁਣ ਮੀਡੀਆ ਦਾ ਜ਼ਮਾਨਾ ਹੈ। ਪਰ ਮੀਡੀਆ ਤਾਂ ਉਹਨਾਂ ਦਾ ਆਪਦਾ ਚੈਨਲ ਵੀ ਹੈਗਾ, ਪੀਟੀਸੀ। ਉਹਨਾਂ ਨੇ ਪੀਟੀਸੀ ਨਿਊਜ਼ ਇਸੇ ਕਰਕੇ ਖਰੀਦਿਆ ਸੀ ਕਿ ਸਾਡੇ ਹੱਕਾਂ ਦੀ ਗੱਲ ਸਾਡੀ ਬੱਲੇ ਬੱਲੇ ਕਰੇ, ਜਦੋਂ ਕਿ ਗੋਂਦੀ ਮੀਡੀਆ ਹੁਣ ਗੋਂਦੀ ਦੇ ਹੱਕਾਂ ਦੀ ਗੱਲ ਕਰਦਾ। ਹੁਣ ਇਹੀ ਗੋਂਦੀ ਮੀਡੀਆ ਭਜਾਇਆ ਇੱਥੋਂ, ਇਸੇ ਕਰਕੇ ਭਜਾਇਆ ਕਿ ਸਾਨੂੰ ਉਹਨਾਂ ਨਾਲ ਬਹੁਤ ਗਿਲਵਾ ਸ਼ਿਕਵਾ ਕੇ ਸਾਡੇ ਹੱਕ ਨਹੀਂ, ਉਹ ਆਪਣਾ ਮੋਦੀ ਦੇ ਹੱਕ ਦੀ ਗੱਲ ਕਰਦਾ। ਆਹ ਦੇਖੋ ਕਿੱਦਾਂ ਬੰਬ ਸੁੱਟ ਰਹੇ ਆ, ਹਾਂ ਇਹਨਾਂ ਦੇ ਬੰਬ ਸੁੱਟੇ ਜਾ ਰਹੇ ਆ। ਆਹ ਤੁਸੀਂ ਦੇਖੋ ਜੀ, ਇਹ ਅਥਰੂ ਗੈਸ ਦਾ ਗੋਲਾ ਇੱਕ ਉਹ ਸਾਹਮਣੇ ਆ ਗਿਆ ਬੰਬ, ਉਹ ਤੁਸੀਂ ਦੇਖ ਸਕਦੇ ਹੋ। ਲਗਾਤਾਰ ਜਿਹੜੇ ਗੋਲੇ ਆ ਅਥਰੂ ਗੈਸ ਦੇ ਉਹ ਸਿੱਟੇ ਜਾ ਰਹੇ ਨੇ। ਹਾਂ, ਜ਼ਬਰਦਸਤ ਸਾਹਮਣਾ ਜਿਹੜਾ ਅਸੀਂ ਸਬਰ ਨਾਲ ਕਰਨਾ ਆ, ਕਿਉਂ ਉਧਰ ਸਰਕਾਰ ਆ, ਅਸੀਂ ਖਾਲੀ ਹੱਥਾਂ ਦੀ ਲੜਾਈ ਲੜਨੀ ਆ। ਦੇਖੋ 10 ਮਿੰਟ 'ਚ ਅੰਬਾਲਾ ਪਾਰ ਆ, ਗੱਡੀ ਹੁੰਦੀ ਆ, ਪਰ ਉਸ ਲੋਕਤੰਤਰ ਦੇ ਵਿੱਚ ਰਹਿ ਕੇ ਕੰਮ ਕਰੇ। ਅੱਜ ਵੇਖ ਲਓ ਤੁਹਾਡੇ ਸਾਹਮਣੇ ਧੱਕਾ ਹੋ ਰਿਹਾ ਸਰਾਸਰ, ਵੇਖ ਲਓ ਤੁਹਾਡੇ ਸਾਹਮਣੇ ਕਿਵੇਂ ਬੰਬ ਮਾਰ ਰਹੇ, ਅਸਲੀ ਗੋਲੀਆਂ ਚਲਾਈਆਂ ਇੱਧਰ ਦੇ ਬੰਨੇ ਸਾਡੇ ਵਿੱਚ, ਇਹਨਾਂ ਨੇ ਆਰ ਐਸ ਐਸ ਦੇ ਬੰਦੇ ਵਾੜੇ, ਉਹਨਾਂ ਦੇ ਬੰਦੇ ਆ ਜਿਹੜੇ ਰੋੜੇ ਮਾਰ ਰਹੇ, ਸਾਡਾ ਕਿਸਾਨ ਕੋਈ ਰੋੜਾ ਨਹੀਂ ਮਾਰਦਾ, ਨਾਲ ਗੋਲੀਆਂ ਵੀ ਚਲਾ ਰਹੇ ਆ। ਬਿਲਕੁਲ ਸੱਚ ਜੀ, ਅਸੀਂ ਪਹਿਲਾਂ ਵੀ ਇਹਨਾਂ ਦੇ ਬੰਦੇ ਫੜੇ ਸੀਗੇ, ਸਾਨੂੰ ਪਤਾ ਜਦੋਂ ਸਾਡੇ 'ਤੇ ਹਮਲਾ ਉੱਥੇ ਆਏ, ਹੁਣ ਵੀ ਉਹ ਕੁਛ ਕਰ ਰਹੇ ਆ। ਇਹ ਸੰਵਿਧਾਨ ਦੀ ਲੰਘਣਾ ਹੋ ਰਹੀ ਆ ਸਰਾਸਰ। ਸਰਕਾਰ ਜਿਹੜੀ ਆ ਮੋਦੀ ਸਰਕਾਰ ਅਤੇ ਖੱਟੜ ਸਰਕਾਰ, ਇਹ ਸੰਵਿਧਾਨ ਨੂੰ ਕੁਚਲ ਰਹੀ ਆ। ਡੈਮੋਕ੍ਰੇਸੀ ਦੇ ਵਿੱਚ ਅਸੀਂ ਰਹਿ ਕੇ ਤਾਂ ਆਪਣਾ ਹੱਕ ਮੰਗਣ ਵਾਸਤੇ ਪੰਜਾਬ ਤੋਂ ਆਏ ਹਾਂ, ਔਰ ਜਿਹੜੀਆਂ ਮੰਨੀਆਂ ਹੋਈਆਂ ਮੰਗਾਂ ਮੋਦੀ ਸਰਕਾਰ ਨੇ ਐੱਮ ਐੱਸ ਪੀ ਗਰੰਟੀ ਸਵਾਮੀਨਾਥਨ ਰਿਪੋਰਟ, ਉਹਦੇ ਵਾਸਤੇ ਅਸੀਂ ਆਏ ਹਾਂ। ਔਰ ਮੈਂ ਪਹਿਲਾਂ ਕਹਿੰਦਾ ਸੀਗਾ ਜਦੋਂ ਅੰਦੋਲਨ ਚੱਲਿਆ ਸੀ, ਉਦੋਂ ਕਹਿੰਦਾ ਸੀਗਾ ਵੀ 13 ਮਹੀਨੇ ਅਸੀਂ ਲੜੇ, 650 ਕਿਸਾਨ ਸਾਡਾ ਉਦੋਂ ਸ਼ਹੀਦ ਹੋਇਆ ਪੂਰੇ ਇੰਡੀਆ ਦੇ ਵਿੱਚ। ਔਰ ਉਹਦੇ ਬਾਅਦ ਵਿੱਚ ਕਹਿੰਦਾ ਮੈਨੂੰ ਸਮਝ ਨਹੀਂ ਲੱਗੀ ਅਤੇ ਮੈਂ ਤੁਹਾਡੇ ਕੋਲ ਮਾਫ਼ੀ ਮੰਗਦਾ, ਮਾਫ਼ੀ ਮੰਗ ਕੇ ਸਾਨੂੰ ਉਦੋਂ ਠਾਲ ਦਿੱਤਾ। ਅੱਜ ਵੇਖ ਲਓ ਅਸੀਂ ਫਿਰ ਇਹਨੂੰ ਸਮਝਾਉਣ ਆਏ ਹਾਂ, ਚੇਤਾ ਕਰਾਉਣ ਆਏ ਹਾਂ ਸਰਕਾਰ ਨੂੰ, ਦੇਸ਼ ਦੀ ਸਰਕਾਰ ਨੂੰ ਵੀ ਭਾਈ ਸਾਡਾ ਬਣਦਾ ਹੱਕ ਸਾਨੂੰ ਦੇ ਦੇ। ਵੇਖੋ ਅਨਾਜ ਪੈਦਾ ਕਰਦਾ ਕਿਸਾਨ, ਇਹਨਾਂ ਦੇ ਪਰਿਵਾਰ ਵੀ ਖਾਂਦੇ ਆ ਅਤੇ ਇਹ ਵੀ ਰੋਜ਼ ਖਾਂਦੇ ਆ, ਖਾ ਕੇ ਉੱਠਦੇ ਆ ਜ਼ਰੂਰ। ਅੱਜ ਵੇਖ ਲਓ ਕਿਸਾਨ ਦਾ ਹਾਲ ਕੀ ਕਰ ਰਿਹਾ, ਪੂਰਾ ਪੰਜਾਬ ਪੂਰੇ ਦੇਸ਼ ਵਾਸਤੇ ਪੈਦਾ ਕਰਕੇ ਪੂਰੇ ਦੇਸ਼ ਵਿੱਚ ਇਹ ਗੋਲੀਬਾਰੀ ਇੱਥੇ ਕਿੰਨੇ ਟਾਈਮ ਤੋਂ ਹੋ ਰਹੀ ਹੈ? ਇਹਨੂੰ 5 ਘੰਟੇ ਹੋ ਗਏ ਜੀ, 5 ਘੰਟੇ ਹੋ ਗਿਆ ਗੋਲੀਬਾਰੀ ਹੋ ਰਹੀ ਆ ਤੁਹਾਡੇ ਦੇ, 5-6 ਘੰਟੇ ਹੋ ਗਿਆ ਤੇ 11-10 ਵਜੇ ਤੋਂ ਕੰਮ ਚੱਲ ਰਿਹਾ, ਤੁਸੀਂ ਜਾਣਦੇ ਜੇ ਅਜੇ ਤਾਂ ਹਜ਼ਾਰਾਂ ਗੋਲੀਆਂ ਡਰੋਨ ਰਾਹੀਂ ਔਰ ਪਲਾਸਟਿਕ ਦੀਆਂ ਗੋਲੀਆਂ ਅਸਲੀ ਗੋਲੀਆਂ ਚਲਾਈਆਂ, ਸਾਡੇ ਬਹੁਤ ਜ਼ਿਆਦਾ ਕਿਸਾਨ ਫੱਟਲ ਹੋਏ ਆ, ਜੇ ਕਿਸੇ ਦੇ ਗਿੱਟੇ 'ਚ ਵੱਜੀ ਆ, ਕਿਸੇ ਦੇ ਲੱਤ 'ਤੇ ਵੱਜੀ, ਕਿਸੇ ਹਿੱਕ 'ਤੇ ਵੱਜੀ ਆ, ਅਸਲੀ ਗੋਲੀਆਂ ਇੱਥੇ ਤੁਹਾਨੂੰ ਵਿਖਾ ਦੇਣਗੇ ਤੁਸੀਂ, ਇੱਥੇ ਮੁੰਡੇ ਹੈਗੇ ਆ ਜਿਹਨਾਂ ਕੋਲ ਖੋਲ ਨੇ ਉਹਨਾਂ ਦੇ।